ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗ ਜੀਓ ਅੱਜ ਦਾਸ ਮੌਤ ਤੋਂ ਬਾਅਦ ਦੇ ਦ੍ਰਿਸ਼ ਇਹਨਾਂ ਦੀ ਅੱਜ ਹਨਾ ਦੋ ਘਟਨਾਵਾਂ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਇਹਦੇ ਵਿੱਚ ਜਿਹੜੀ ਪਹਿਲੀ ਘਟਨਾ ਹੈਗੀ ਆ ਉਹ ਵੀ ਇੱਕ ਇਹ ਬੀਬੀ ਇਸਤਰੀ ਦੀ ਆ ਦੂਸਰੀ ਘਟਨਾ ਵੀ ਜਿਹੜੀ ਇੱਕ ਬੀਬੀ ਇਸਤਰੀ ਦੇ ਨਾਲ ਵਾਪਰੀ ਆ ਜਦੋਂ ਇਹ ਦੋਨੇ ਜਾਣੀਆਂ ਜਿਹੜੀ ਅਸੀਂ ਧਰਮਰਾਜ ਦੀ ਕਚਹਿਰੀ ਤੋਂ ਬਾਫਸ ਹੋ ਕੇ ਜੜੀਆਂ ਅਸੀਂ ਉਹ ਆਪਣੇ ਸਰੀਰ ਦੇ ਵਿੱਚ ਬਾਫਸ ਆਈਆਂ ਸੀ ਸੋ ਇੱਕ ਜਿਹੜੀ ਪਹਿਲੀ ਘਟਨਾ ਹੈ ਉਹਦੇ ਵਿੱਚ ਜਿਹੜੀ ਇੱਕ ਬੀਬੀ ਦੱਸਦੀ ਸੀ ਕਿ ਜਦੋਂ ਉਹਦੀ ਉਮਰ ਤਕਰੀਬਨ 3 ਸਾਲ ਦੀ ਸੀ ਤੇ ਉਸ ਟਾਈਮ ਕਿੰਨੀ ਜਿਹੜਾ ਮੇਰਾ ਛੋਟਾ ਬ੍ਰਦਰ ਸਗਾ ਉਹਦੀ ਉਮਰ 6 ਮਹੀਨੇ ਦੀ ਸੀ ਕਿੰਦੀ ਉਹਨਾਂ ਟਾਈਮਾਂ ਦੇ ਵਿੱਚ ਗਰਮੀਆਂ ਦੇ ਦਿਨ ਸੀਗੇ ਤੇ ਮੇਰੇ ਮਾਤਾ ਜੀ ਜਿਹੜੇ ਸੀਗੇ ਉਹ ਬਾਹਰ ਮੇਨ ਦਰਵਾਜ਼ਾ ਜਿਹੜਾ ਸਗਾ ਉਹਦੇ ਡੇਢੀ ਦੇ ਵਿੱਚ ਲੰਮਿਆ ਪਿਆ ਸੀ ਅਚੰਤਿਤ ਕਹਿੰਦੀ ਕੀ ਹੋਇਆ ਕਿ ਬਿਲਕੁਲ ਸਖਰ ਦੁਪਹਿਰ ਇੱਕ ਕਾਲੇ ਰੰਗ ਦੀ ਗਾਂ ਆਈ ਆ ਉਹਨੇ ਆ ਕੇ ਹਨਾ ਕਹਿੰਦੀ ਸਾਡਾ ਜਿਹੜਾ ਮੇਨ ਦਰਵਾਜ਼ਾ ਸੀਗਾ ਉਹਦੇ ਵਿੱਚ ਆਪਣੇ ਜ਼ੋਰ ਦੀ ਸਿੰਘ ਮਾਰਿਆ ਤੇ ਦੋਨੇ ਜਿਹੜੇ ਦਰਵਾਜ਼ੇ ਸੀਗੇ ਚਪਾਟ ਖੁੱਲ ਗਏ ਜਦ ਚਪਾਟ ਖੁੱਲ ਗਏ ਤੇ ਕਹਿੰਦੀ ਮੇਰੀ ਮਾਤਾ ਜੀ ਦੱਸਦੇ ਸੀਗੇ ਕਿ ਮੈਂ ਜਕਦਮ ਉੱਠ ਕੇ ਜਾਨੀ ਜਦ ਬੈਠੀ ਆ ਤੇ ਮੈਂ ਕੀ ਦੇਖਿਆ ਕਿ ਜਿਹੜੀ ਕਾਲੇ ਰੰਗ ਦੀ ਗਾਂ ਜਨੇ ਸਿੰਘ ਮਾਰਿਆ ਸੀਗਾ ਜਦੋਂ ਅੰਦਰ ਆਈ ਉਹ ਜਕਦਮ ਇੱਕ ਇਸਤਰੀ ਦਾ ਰੂਪ ਧਾਰਨ ਕਰ ਗਈ ਤੇ ਬੜੀ ਕਹਿੰਦੀ ਉਹਦੀ ਭਿਆਨਕ ਸ਼ਕਲ ਸੀਗੀ ਉਸ ਇਸਤਰੀ ਦੀ ਕਹਿੰਦੀ ਜਦੋਂ ਮੈਂ ਉਹਦੇ ਹਾਲ ਦੇਖਿਆ ਮੇਰਾ ਜਿਹੜਾ ਸਗਾ ਸਾਹ ਉੱਪਰਲਾ ਉੱਪਰ ਥਲੜਾ ਥੱਲੇ ਰਹਿ ਗਿਆ ਤੇ ਉਹ ਇਸਤਰੀ ਮੈਨੂੰ ਕਹਿਣ ਲੱਗੀ ਕਿ ਛੇਤੀ ਕਰ ਤੈਨੂੰ ਧਰਮਰਾਜ ਨੇ ਬੁਲਾਇਆ ਹੈਗਾ ਕਹਿੰਦੀ ਇਹ ਨਹੀਂ ਕਹਿਣ ਦੀ ਡੇਰ ਸੀ ਮੈਂ ਸਭ ਕੁਝ ਸਮਝ ਕੇ ਮੈਂ ਨੂੰ ਕਿਹਾ ਵੀ ਮੈਂ ਤੇਰੇ ਨਾਲ ਧਰਮਰਾਜ ਦੀ ਕਚਹਿਰੀ ਨਹੀਂ ਜਾਣਾ ਹੈਗਾ ਕਹਿੰਦੀ ਇੰਨੀ ਗੱਲ ਹੋਈ ਤਾਂ ਕਹਿਣ ਲੱਗੀ ਨਹੀਂ ਤੈਨੂੰ ਜਾਣਾ ਹੀ ਪਣਾ ਹੈਗਾ ਕਿਉਂਕਿ ਧਰਮ ਦਾ ਨਰਾਜ ਦਾ ਆਦੇਸ਼ ਹੈਗਾ ਕਿ ਤੂੰ ਜਾ ਕੇ ਆਪਣੀ ਕਚਿਹਰੀ ਦੇ ਵਿੱਚ ਜਿਹੜਾ ਹੈਗਾ ਉਹ ਆਪਣੀ ਹਾਜ਼ਰੀ ਦੇ ਕਿਉਂਕਿ ਤੇਰਾ ਜਿਹੜਾ ਦਾਣਾ ਪਾਣੀ ਇਸ ਸੰਸਾਰ ਦਾ ਖਤਮ ਹੋ ਚੁੱਕਾ ਹੈਗਾ ਫਿਰ ਕਹਿਣ ਲੱਗੀ ਕਿ ਮੇਰੇ ਮਾਤਾ ਜੀ ਨੂੰ ਕਹਿਣ ਲੱਗੇ ਕਿ ਦੇਖ ਮੇਰੇ ਦੋ ਬੱਚੇ ਹੈਗੇ ਆ ਪਹਿਲੀ ਮੇਰੀ ਲੜਕੀ ਤਕਰੀਬਨ 3 ਸਾਲ ਦੀ ਹੈ ਮੈਂ ਬਹੁਤ ਸੁੱਖਾਂ ਸੁਖ ਸੁੱਕ ਕੇ ਪਹਿਲੀ ਲੜਕੀ ਨੂੰ ਜਿਹੜਾ ਹੈਗਾ ਉਹ ਅਪਣਾਇਆ ਹੈਗਾ ਦੂਸਰਾ ਜਿਹੜਾ ਮੇਰਾ ਬੱਚਾ ਹੈਗਾ ਉਦੀ ਉਮਰ ਹਜੇ 6 ਮਹੀਨੇ ਦੀ ਹੈ ਇਸ ਬੱਚੇ ਨੂੰ અપਨਾਉਣ ਵਾਸਤੇ ਮੈਂ ਕਈ ਜੇ ਵੀ ਦੇਵਤਿਆਂ ਦੀ ਆਰਾਧਨਾ ਕੀਤੀ ਆ ਬਹੁਤ ਸਾਰੀਆਂ ਮੰਤਾ ਮੰਨੀਆਂ ਤਾਂ ਮੇਰੇ ਇਹ ਪੁੱਤਰ ਹੋਇਆ ਹੈਗਾ ਤੇ ਹਜੇ ਤਾਂ ਮੇਰੇ ਬੱਚੇ ਛੋਟੇ ਛੋਟੇ ਆ ਅਗਰ ਤੂੰ ਮੈਨੂੰ ਇੱਥੋਂ ਨਾਲ ਲੈ ਗਈ ਤੇ ਮੇਰੇ ਬੱਚਿਆਂ ਨੂੰ ਕੌਣ ਪਾਲੂਗਾ ਤੇ ਦੂਸਰੀ ਗੱਲ ਇਹ ਕਿ ਅਜ ਜੇ ਮੇਰੇ ਦੇਖਾ ਛੇ ਮੇਰਾ ਛੋਟਾ ਲੜਕਾ ਹੈਗਾ ਇਹਦੀ ਉਮਰ ਹਜੇ 6 ਮਹੀਨੇ ਦੀ ਹੈ ਜੇ ਮੇਰਾ ਇਹ ਦੁੱਧ ਪੀ ਰਿਹਾ ਹੈਗਾ ਅਗਰ ਤੂੰ ਮੈਨੂੰ ਲੈ ਗਈ ਤੇ ਇਹਨੂੰ ਦੁੱਧ ਕੌਣ ਪਲਾਊਗਾ ਮੇਰੇ ਤੋਂ ਬਾਅਦ ਮੇਰੇ ਪਰਿਵਾਰ ਦੇ ਵੀ ਮੌਤ ਹੋ ਜਾਣੀ ਯਾਦ ਕਰਨੀ ਨਹੀਂ ਗੱਲ ਹੋਈ ਤਾਂ ਉਹ ਇਸ ਤਰੀਕੇ ਨਹੀਂ ਮੈਨੂੰ ਕਹਿਣ ਲੱਗੀ ਕਿ ਮੈਂ ਕੁਝ ਨਹੀਂ ਜਾਣਦੀ ਬਸ ਤੈਨੂੰ ਮੇਰੇ ਨਾਲ ਚੱਲਣਾ ਹੀ ਹੋਊਗਾ ਕਹਿੰਦੀ ਜਦੋਂ ਅਸੀਂ ਇਸ ਤਰ੍ਹਾਂ ਝਗੜ ਰਹੀਆਂ ਸੀਗੀਆਂ ਅਚਨਚੇਤ ਮੇਰੀਆਂ ਦੋ ਸਹੇਲੀਆਂ ਜਿਹੜੀਆਂ ਗੁਵਾਂਡ ਰਹਿੰਦੀਆਂ ਸੀ ਇਹ ਸਾਡਾ ਰੌਲਾ ਸੁਣ ਕੇ ਸਾਡੇ ਘਰ ਆ ਗਈਆਂ ਆ ਕੇ ਕਹਿੰਦੀ ਮੈਂ ਆਪਣੀ ਸਹੇਲੀ ਨੂੰ ਦੱਸਿਆ ਵੀ ਆ ਜਨਾਨੀ ਜਿਹੜੀ ਹੈ ਮੈਨੂੰ ਧਰਮਰਾਢੀ ਕਚਹਿਰੀ 'ਚ ਲਿਜਾਣ ਨੂੰ ਜਿਹੜੀ ਹੈਗੀ ਉਹ ਜਿੱਦ ਕਰ ਰਹੀ ਹੈ ਜਦ ਇੰਨੀ ਗੱਲ ਹੋਈ ਤੇ ਕਿੰਨੀ ਮੇਰੀ ਸਹੇਲੀਆਂ ਨੇ ਪਹਿਲਾਂ ਤੋਂ ਉਹਨੂੰ ਕਿਹਾ ਹੈਗਾ ਕਿ ਦੇ ਬੱਚੇ ਛੋਟੇ ਛੋਟੇ ਆ ਤੂੰ ਇਸ ਤਰ੍ਹਾਂ ਨਾ ਕਰ ਪਰ ਉਹ ਕਹਿਣ ਲੱਗੀ ਕਿ ਨਹੀਂ ਮੈਨੂੰ ਧਰਮ ਦਾ ਰਾਜ ਦਾ ਦੇਸ਼ ਹੈਗਾ ਕਿ ਮੈਂ ਤੈਨੂੰ ਲੈ ਕੇ ਹੀ ਜਾਣਾ ਹੈਗਾ ਤਾਂ ਫਿਰ ਕਿੰਨੀ ਮੇਰੀ ਸਹੇਲੀਆਂ ਕਹਿਣ ਲੱਗੀਆਂ ਚੱਲ ਅਗਰ ਇਹ ਤੈਨੂੰ ਜ਼ਿਆਦਾ ਜ਼ੋਰ ਲਾਉਂਦੀ ਹੈ ਤੇ ਕੋਈ ਗੱਲ ਨਹੀਂ ਤੂੰ ਇਹਦੇ ਨਾਲ ਚੱਲੇ ਜਾ ਦੇਖ ਲੈਂਦੀ ਹੈ ਕਿ ਤੈਨੂੰ ਕਿੱਥੇ ਲੈ ਕੇ ਜਾਂਦੀ ਤੇrna ਕੀ ਕਰਦੀ ਹੈਗੀ ਕਿੰਨੀ ਮੇਰੀ ਸਹੇਲੀਆਂ ਦੇ ਕਹਿਣ ਦੇ ਉੱਤੇ ਕਹਿੰਦੀ ਉਹ ਜਿਹੜੀ ਔਰਤ ਸੀਗੀ ਕਹਿੰਦੀ ਉਹਨੇ ਮੇਰੀ ਬਾਹ ਫੜ ਕੇ ਮੈਨੂੰ ਖਿੱਚ ਲਿਆ ਤੇ ਬੱਸ ਕਹਿੰਦੀ ਇੱਕ ਜੰਗਲ ਬੀ ਉਥੋਂ ਦੀ ਕਹਿੰਦੀ ਲਜਾਲ ਜਾ ਕੇ ਇੱਕ ਐਸੀ ਜਗ੍ਹਾ ਖੜਾ ਕਰ ਦਿੱਤਾ ਜਿੱਥੇ ਜਿਹੜਾ ਧਰਮਰਾਜ ਸੀਗਾ ਉਹ ਜਿਹੜਾ ਸੀ ਆਪਣੀ ਕੁਰਸੀ ਦੇ ਉੱਤੇ ਬੈਠਾ ਹੋਇਆ ਸੀਗਾ ਜਦ ਕਿੰਨੀ ਮੈਂ ਧਰਮਰਾਜ ਦੇ ਸਾਹਮਣੇ ਨੂੰ ਦੇਖਿਆ ਤਾਂ ਉਹ ਜਨਾਨੀ ਮੈਨੂੰ ਕਹਿਣ ਲੱਗੀ ਵੀ ਉਹ ਸਾਹਮਣੇ ਚਲੇ ਜਾ ਤੇ ਉੱਥੇ ਇੱਕ ਬੜਾ ਤਜਸਵੀ ਪੁਰਸ਼ ਬੈਠਾ ਹੋਇਆ ਹੈਗਾ ਤੇ ਕਹਿੰਦੀ ਇਹ ਕਹਿ ਕੇ ਉਹ ਜਿਹੜੀ ਜਨਾਨੀ ਜਿਹੜੀ ਮੈਨੂੰ ਲੈ ਕੇ ਆਈ ਸੀ ਉਹ ਤਾਂ ਕਹਿੰਦੀ ਉਥੋਂ ਲੋਪ ਹੋ ਗਈ ਤੇ ਮੈਂ ਧਰਮਰਾਜ ਦੇ ਕਹਿੰਦੀ ਪਿੱਛੇ ਜਾ ਕੇ ਖੜ ਗਏ ਜੋ ਕਿੰਦੀ ਮਾ ਧਰਮਰਾ ਦੇ ਪਿੱਛੇ ਜਾ ਕੇ ਖੜੀਆਂ ਤਾਂ ਧਰਮਰਾ ਨੇ ਕਹਿੰਦੀ ਜਦੋਂ ਧੌਣ ਘੁਮਾ ਕੇ ਮੇਰੇ ਵੱਲ ਦੇਖਿਆ ਤੇ ਕਹਿੰਦੀ ਉਹ ਕਹਿਣ ਲੱਗਾ ਕਹਿੰਦੇ ਵੀ ਇਹਨੂੰ ਕਿੰਨੇ ਕਿੱਸ ਗੱਲ ਲੈ ਕੇ ਆਉਣ ਇਹ ਨਹੀਂ ਇਹਦੇ ਨਾਂ ਦੀ ਦੂਸਰੀ ਜਨਾਨੀ ਜਿਹੜੀ ਲੈ ਕੇ ਆਉਣੀ ਹੈ ਛੇਤੀ ਕਰੋ ਉਹਨੇ ਕਹਿੰਦੀ ਛੱਡ ਕੇ ਆ ਜਦ ਕਹਿੰਦੇ ਧਰਮਰਾ ਨੇ ਇਹ ਦੇਖ ਦਿੱਤਾ ਜਕਦਮ ਜਿਹੜੀ ਸੀ ਮੇਰੀ ਸੁਰਤ ਮੇਰੇ ਸਰੀਰ ਦੇ ਵਿੱਚ ਆ ਗਈ ਤੇ ਮੈਨੂੰ ਜਦ ਸੁਰਤਾਈ ਤੇ ਮੈਂ ਹੈਰਾਨ ਹੋ ਗਈ ਕਿ ਮੇਰਾ ਜਿਹੜਾ 6 ਮਹੀਨੇ ਦਾ ਬੱਚਾ ਹੈਗਾ ਉਹ ਮੇਰੇ ਨਾਲ ਹੀ ਸੁੱਤਾ ਪਿਆ ਹੈਗਾ ਤੇ ਬਿਲਕੁਲ ਜਦ ਮੈਂ ਟਾਈਮ ਦੇਖਿਆ ਦੁਪਹਿਰ ਦੇ 2 ਵਜੇ ਦਾ ਟਾਈਮ ਸੀਗਾ ਦਰਵਾਜ਼ਾ ਵੀ ਜਿਹੜਾ ਸੀਗਾ ਪੂਰੀ ਤਰ੍ਹਾਂ ਬੰਦ ਸੀਗਾ ਉੱਥੇ ਕੋਈ ਨਹੀਂ ਸੀ ਬਿਲਕੁਲ ਸਨਾਟਾ ਸੀਗਾ ਮੈਂ ਹੈਰਾਨ ਸੀ ਕਿ ਇਹ ਸੁਪਨ ਹੈਗਾ ਜਾਂ ਹਕੀਕਤ ਹੈਗੀ ਆ ਪਰ ਕਹਿੰਦੀ ਵੀ ਮੈਂ ਇਸ ਘਟਨਾ ਨੂੰ ਵਾਰ-ਵਾਰ ਯਾਦ ਕਰਾਂ ਪਰ ਇਸ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਡਰ ਗਈ ਸੀ ਕਿ ਮੇਰੇ ਨਾਲ ਕਿਸ ਤਰ੍ਹਾਂ ਹੋ ਗਿਆ ਹੈਗਾ ਪਰ ਕਹਿੰਦੀ ਮੈਨੂੰ ਇੰਨਾ ਜ਼ਰੂਰ ਪਤਾ ਹੈਗਾ ਕਿ ਮੇਰਾ ਜਿਹੜੀ ਰੂਹ ਹੈ ਸਰੀਰ ਚੋਂ ਬਾਹਰ ਚੱਲੀ ਗਈ ਸੀ ਕੋਈ ਐਸੀ ਅਦ੍ਰਿਸ਼ ਸ਼ਕਤੀ ਜਿਹੜੀ ਮੈਨੂੰ ਧਰਮਰਾਜ ਦੇ ਕਚਹਿਰੀ 'ਚ ਲੈ ਗਈ ਸੀ ਤੇ ਵਾਪਸ ਮੈਨੂੰ ਮੇਰੇ ਸਰੀਰ ਦੇ ਵਿੱਚ ਪਾਤਾ ਸੀਗਾ ਇਹ ਮੇਰਾ ਕਹਿੰਦੀ ਵਹਿਮ ਨਹੀਂ ਹੈ ਇਹ ਬਿਲਕੁਲ ਹਕੀਕਤ ਹੈਗੀ ਹੈ ਜੋ ਮੈਂ ਦਾਦਿਆਂ ਪੜਦਾਦੇ ਤੋਂ ਸੁਣਿਆ ਹੈਗਾ ਕਿ ਭਈ ਉੱਥੇ ਅਮਲਾਂ ਦੇ ਹੋਣਗੇ ਨਵੇੜੇ ਜਾਤ ਕਿੱਥੇ ਪੁੱਛਣੇ ਨੇ ਤੇ ਕਹਿੰਦੀ ਉਹ ਧਰਮਰਾਜ ਦੀ ਕਚਹਿਰੀ ਤੇ ਸਾਰਾ ਕੁਝ ਜਿਹੜੀ ਮੈਂ ਆਪਣੇ ਅੱਖੀਂ ਦੇਖਿਆ ਹੈਗਾ ਤੇ ਉਸ ਟਾਈਮ ਕਹਿੰਦੀ ਮੇਰੀ ਜਿਹੜੀ ਵੱਡੀ ਲੜਕੀ ਸੀਗੀ ਕੋਦੀ ਉਮਰ ਕਹਿੰਦੀ ਤਕਰੀਬਨ 3 ਸਾਲ ਦੀ ਸੀ ਤੇ ਛੋਟਾ ਜਿਹੜਾ ਮੇਰਾ ਬੱਚਾ ਸੀ ਉਹਦੀ ਉਮਰ 6 ਮਹੀਨੇ ਦੀ ਸੀਗੀ ਇਹ ਘਟਨਾ ਉਹਨਾਂ ਟਾਈਮਾਂ ਦੇ ਵਿੱਚ ਮੈਨਾਂ ਵਾਪਰੀ ਸੀ ਜਦੋਂ ਗਰਮੀਆਂ ਦਾ ਸਮਾਂ ਸੀਗਾ ਤੇ ਮੈਂ ਟਾਈਮ ਜਦੋਂ ਨੋਟ ਕੀਤਾ ਸੀ ਦੁਪਹਿਰ ਦੇ ਤਕਰੀਬਨ ਕਹਿੰਦੀ 2 ਵਜੇ ਸੀਗੇ ਸੋ ਦੂਸਰੀ ਜਿਹੜੀ ਘਟਨਾ ਹੈਗੀ ਆ ਉਹ 12 ਨਸੀ ਦੇ ਇੱਕ ਭਾਗਰੀ ਇਲਾਕੇ ਦੀ ਆ ਇੱਕ ਮੁਸਲਮਾਨ ਔਰਤ ਬੀਬੀ ਨੇ ਵਾਪਰੀ ਆ ਉਹਨੇ ਦੱਸਿਆ ਸੀਗਾ ਕਿ ਮੇਰੀ ਇੱਕ ਸਹੇਲੀ ਸੀਗੀ ਉਹ ਜਿਹੜੀ ਸਹੇਲੀ ਸੀ ਕੈਂਸਰ ਦੀ ਬਿਮਾਰੀ ਨਾਲ ਪੀੜਤ ਸੀਗੀ ਮੈਂ ਕਹਿੰਦੀ ਉਹਦਾ ਹਾਲਚਲ ਪੁੱਛਣ ਵਾਸਤੇ ਉਹਦੇ ਕੋਲ ਗਈਆਂ ਕਾਫੀ ਚਿਰ ਬੈਠ ਕੇ ਉਹਦੇ ਨਾਲ ਗੱਲਾਂ ਕਰਕੇ ਜਦ ਘਰ ਵਾਪਸ ਆਈਆਂ ਆਕੇ ਹਾਂਜੀ ਕਹਿੰਦੀ ਮੈਂ ਮੰਜੇ ਤੇ ਲੰਮੀ ਪਈਆਂ ਤੇ ਦੋ ਜਿਹੜੇ ਹਨਾ ਜਮਦੂਤ ਆਕੇ ਕਹਿੰਦੇ ਮੈਨੂੰ ਕਹਿਣ ਲੱਗੇ ਚੱਲ ਛੇਤੀ ਚੱਲ ਤੈਨੂੰ ਧਰਮਰਾਜ ਨੇ ਬੁਲਾਇਆ ਹੈ ਕਹਿੰਦੀ ਇੰਨੀ ਕਹੰਡ ਦੀ ਡੇਲ ਸੀ ਉਹਨਾਂ ਜਮਦੂਤਾ ਨੇ ਮੈਨੂੰ ਕਹਿੰਦੀ ਜਿਹੜਾ ਸੀ ਉਹ ਫੜ ਲਿਆ ਫੜ ਕੇ ਕਹਿੰਦੀ ਉਹਨੇ ਮੈਨੂੰ ਖਿੱਚ ਕੇ ਜਿਹੜਾ ਸੀਗਾ ਉਸ ਜਗ੍ਹਾ ਤੇ ਲੱਗ ਹੈ ਜਿਹਨੂੰ ਅਸੀਂ ਧਰਮਰਾਜ ਦੀ ਕਚਹਿਰੀ ਕਹਿੰਦੇ ਆ ਕਹਿੰਦੀ ਜਦੋਂ ਮੈਨੂੰ ਉੱਥੇ ਲੈ ਕੇ ਗਏ ਤਾਂ ਮੈਂ ਜਦੋਂ ਉੱਥੇ ਦਾ ਦ੍ਰਿਸ਼ ਦੇਖਿਆ ਤੇ ਕਹਿੰਦੀ ਦ੍ਰਿਸ਼ ਦੇਖਦੇ ਸਾਰੀ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਵੀ ਇਹ ਕਿਹੋ ਜਿਹੀ ਦੁਨੀਆ ਦੇ ਵਿੱਚ ਮੈਂ ਪਹੁੰਚ ਗਈਆਂ ਉਸ ਤੋਂ ਬਾਅਦ ਕਹਿੰਦੀ ਜੇ ਧਨਮਨ ਰਾਜ ਨੇ ਮੈਨੂੰ ਦੇਖਦਾ ਦੇਖਦੇ ਸਾਰੀ ਕਹਿਣ ਲੱਗਾ ਜਮਦੂਤਾਂ ਨੂੰ ਵੀ ਤੁਸੀਂ ਕਿਹਨੂੰ ਫੜ ਲਏ ਆ ਇਹ ਨਹੀਂ ਇਹਦੇ ਨਾਲ ਦੇ ਸਾਹਮਣੇ ਦੀ ਜਿਹੜੀ ਗਲੀ ਮਹੱਲੇ ਦੀ ਔਰਤ ਰਹਿੰਦੀ ਹੈ ਉਹਨੂੰ ਲੈ ਕੇ ਆਉਣਾ ਸੀਗਾ ਜੋ ਕਹਿੰਦੀ ਔਰਤ ਬਿਲਕੁਲ ਮੇਰੇ ਸੇਮ ਨਾਂ ਦੀ ਸੀਗੀ ਕੰਡੀ ਇਸ ਤੋਂ ਬਾਅਦ ਫਿਰ ਕੰਡੀ ਧਰਮਰਾਜ ਨੇ ਜਮਦੂਤਾਂ ਨੂੰ ਬੜੀ ਫਟਕਾਰ ਪਾਈ ਸੀ ਤੇ ਨਾਲ ਕੰਡੀ ਇਹ ਵੀ ਦੱਸਿਆ ਸੀਗਾ ਕਿ ਇਹ ਜਿਹੜੀ ਜਨਾਨੀ ਆ ਜਿਹਨੇ ਤੁਸੀਂ ਲਏ ਆ ਇਹਦੀ ਉਮਰ ਹਜੇ 14 ਸਾਲ ਬਾਕੀ ਆ ਤੇ ਇਹਨਾਂ 14 ਸਾਲਾਂ ਵਿੱਚ ਇਸ ਦੀਆਂ ਜਿਹੜੀਆਂ ਦੋ ਲੜਕੀਆਂ ਹੈਗੀਆਂ ਇਹ ਉਹਨਾਂ ਦੀ ਮੌਤ ਇਹਦੀਆਂ ਅੱਖਾਂ ਦੇ ਸਾਹਮਣੇ ਹੋਣੀ ਆ ਜਦੋਂ ਇਹਦੀਆਂ ਦੋ ਲੜਕੀਆਂ ਜਿਹੜੀਆਂ ਹੈ ਉਹਨਾਂ ਦੀ ਮੌਤ ਹੋ ਜਾਗੀ ਉਸ ਤੋਂ ਬਾਅਦ ਜਦ ਇਹਦੀ ਉਮਰ 14 ਸਾਲ ਦੀ ਪੂਰੀ ਹੋਊਗੀ ਉਸ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਜਿਹੜਾ ਹੈ ਮੇਰੀ ਕਚਹਿਰੀ 'ਚ ਹਾਜ਼ਰ ਕਰਨਾ ਹੈਗਾ ਕਿੰਦੀ ਉਸ ਤੋਂ ਬਾਅਦ ਪਜਾ ਧਰਮਨ ਰਾ ਨੇ ਦੇਸ਼ ਦਿੱਤਾ ਕਿ ਇਹਨੂੰ ਛੇਤੀ ਕਰੋ ਕਿ ਇਹਨੂੰ ਜਿਹੜਾ ਹਾਇਰ ਸਰੀਰ ਤੇ ਵਿੱਚ ਵਾਪਸ ਕਰਿਓ ਤੇ ਪ੍ਰਣਾਲ ਕਹਿੰਦੀ ਉਸ ਨੇ ਇਹ ਵੀ ਹਦਾਇਤ ਦਿੱਤੀ ਕਿ ਇਹ ਇੱਕ ਜਿਹੜੀ ਮੁਸਲਮਾਨ ਔਰਤ ਹੈਗੀ ਆ ਇਹ ਜਿਹੜੀ ਹੈਗੀ ਇਹ ਨਮਾਜ਼ ਦੀ ਬੜੀ ਪਾਬੰਦ ਹੈਗੀ ਆ ਇਸ ਕਰਕੇ ਇਹਨੂੰ ਇੱਕ ਐਸਾ ਪਾ ਨਿਸ਼ਾਨ ਦੇਈਏ ਕਿ ਜਦ ਨਾਲ ਇਹਨੂੰ ਯਾਦ ਰਹੇ ਕਿ ਜਿਹੜੀ ਆ ਮੈਂ ਧਰਮਰਾਜ ਦੀ ਕਚਹਿਰੀ ਗਈ ਆ ਉਸ ਤੋਂ ਬਾਅਦ ਕਹਿੰਦੀ ਕੀ ਦੇਖਿਆ ਉਹਨਾਂ ਨੇ ਮੈਨੂੰ ਇੱਕ ਜਗ੍ਹਾ ਖੜਾ ਕਰ ਦਿੱਤਾ ਤੇ ਇੱਕ ਗਰਮ-ਗਰਮ ਕਹਿੰਦੀ ਜਿਸ ਤਰ੍ਹਾਂ ਦਾ ਤਰਸ਼ੂਲ ਹੁੰਦਾ ਹੈਗਾ ਇਸ ਤਰ੍ਹਾਂ ਦਾ ਇੱਕ ਹਥਿਆਰ ਜਿਹੜਾ ਸੀ ਇੱਕ ਜਮਦੂਦ ਦੇ ਹੱਥ 'ਚ ਫੜਿਆ ਸੀਗਾ ਉਹਨੇ ਗਰਮ-ਗਰਮ ਹਥਿਆਰ ਜਿਹੜਾ ਸੀ ਉਹ ਮੇਰੇ ਸਿਰ ਦੇ ਉੱਤੇ ਰੱਖ ਕੇ ਕਹਿੰਦੀ ਪੂਰੀ ਤਰ੍ਹਾਂ ਜ਼ੋਰ ਨਾਲ ਜਦ ਦੱਬਿਆ ਦੱਬਦੇ ਸਾਰੀ ਕਹਿੰਦੀ ਜਿਹੜੇ ਸਗੇ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਜਿਵੇਂ ਜਿਹੜਾ ਸਗਾ ਮੇਰਾ ਜਿਹੜਾ ਸਿਰ ਹੈਗਾ ਉਹ ਥੱਲੇ ਨੂੰ ਚਲ ਗਿਆ ਹੁੰਦਾ ਹੈ ਉਹਦੇ 'ਚੇ ਨਿਸ਼ਾਨ ਬਣ ਗਏ ਸੀ ਉਸ ਤੋਂ ਬਾਅਦ ਕਹਿੰਦੇ ਜਦੋਂ ਉਹ ਜਿਹੜਾ ਸੀ ਹਥਿਆਰ ਦੇ ਨਾਲ ਮੇਰੇ ਸਿਰ ਨੂੰ ਉਹਨੇ ਧਾਗਿਆ ਸੀਗਾ ਤੇ ਜੱਕਦਮ ਮੇਰੀ ਸੁਰਤ ਮੇਰੇ ਸਰੀਰ ਤੇ ਆ ਗਈ ਸੀ ਤੇ ਉਸ ਟਾਈਮ ਮੈਂ ਕੀ ਦੇਖਿਆ ਸੀਗਾ ਕਿ ਮੇਰੇ ਨੂੰ ਕੱਫਣ ਦੇ ਵਿੱਚ ਜਿਹੜਾ ਮੇਰੇ ਘਰਦਿਆਂ ਨੇ ਰਿਸ਼ਤੇਦਾਰਾਂ ਨੇ ਬੰਨਿਆ ਹੋਇਆ ਪੂਰੀ ਤਰ੍ਹਾਂ ਤੇ ਮੇਰਾ ਸਾਰਾ ਸੇਜ ਜਿਹੜਾ ਸੀ ਕੱਫਣ 'ਚ ਢੱਕਿਆ ਹੋਇਆ ਸੀਗਾ ਪਰ ਕਹਿੰਦੀ ਮੈਨੂੰ ਸੁਰਤ ਜਦ ਆਈ ਆ ਤੇ ਮੈਂ ਆਪਣੇ ਹੱਥ ਦੇ ਜ਼ੋਰ ਦੇ ਨਾਲ ਜਦ ਕੱਪੜਾ ਆਪਣੇ ਮੂੰਹ ਤੋਂ ਚੱਕਿਆ ਸੀਗਾ ਤੇ ਕਹਿੰਦੀ ਪਰ ਉਹ ਕੱਪੜਾ ਖੋਲਦਾ ਨਹੀਂ ਸੀਗਾ ਉਸ ਤੋਂ ਬਾਅਦ ਕਹਿੰਦੀ ਜਦ ਆਲਦ ਵਾਲੇ ਜਿਹੜੇ ਰਿਸ਼ਤੇਦਾਰ ਸੀ ਘਰਦਿਆਂ ਚੋਂ ਜੋ ਰੌਲਾ ਪੈ ਗਿਆ ਕਿ ਇਹ ਦੁਬਾਰਾ ਜਿੰਦੀ ਹੋ ਗਈ ਆ ਜਿੰਦੀ ਹੋ ਗਈ ਆ ਪਰ ਜਦ ਉਸ ਤੋਂ ਬਾਅਦ ਕਹਿੰਦੀ ਜਦੋਂ ਜਿਹੜਾ ਕਫਨ ਖੋਲਿਆ ਕਫਨ ਖੋਲਦੇ ਸਾਰੀ ਕਹਿੰਦੇ ਘਰਦਿਆਂ ਜਦ ਮੇਰਾ ਚਿਹਰਾ ਦੇਖਿਆ ਸੀਗਾ ਦੇਖ ਤੇ ਸਾਰੀ ਜਿਹੜੇ ਜਿਹੜੇ ਬਿਲਕੁਲ ਡਰ ਭੈ ਦੇ ਨਾਲ ਜੱਕਦਮ ਪਿੱਛੇ ਹਟ ਗਏ ਸੀਗੇ ਕਿਉਂ ਕਿਉਂਕਿ ਕਿੰਨੀ ਮੇਰੇ ਮੱਥੇ ਦੇ ਉੱਤੇ ਸਿਰ ਦੇ ਉੱਤੇ ਹਨਾ ਤਿੰਨ ਜਿਹੜੇ ਨਿਸ਼ਾਨ ਸੀਗੇ ਉਹ ਬਣੇ ਹੋ ਸਗੇ ਤੇ ਉਹਨਾਂ ਦੇ ਨਾਲ ਕਹਿੰਦੀ ਸੀਗੀ ਕਿ ਉਹ ਇਹ ਦੇਖ ਕੇ ਜਿਹੜੇ ਸੀਗੇ ਹੈਰਾਨ ਹੋ ਗਏ ਸੀਗੇ ਕਿ ਇਹ ਮਰਨ ਤੋਂ ਪਹਿਲਾਂ ਤੇ ਇਹਦੇ ਮੱਥੇ ਤੇ ਸਿਰ ਦੇ ਉੱਤੇ ਇਸ ਤਰ੍ਹਾਂ ਦੇ ਕੋਈ ਨਿਸ਼ਾਨ ਨਹੀਂ ਸੀ ਪਰ ਇਹ ਨਿਸ਼ਾਨ ਇਹਦੇ ਮਰਨ ਤੋਂ ਜੀਵਤ ਹੋਣ ਤੋਂ ਬਾਅਦ ਕਿਵੇਂ ਆ ਗਿਆ ਹੈ ਤਾਂ ਪਰ ਕੰਡੀ ਜਦ ਫਿਰ ਉਹਨੇ ਦੇਖਿਆ ਤਾਂ ਕੀ ਦੇਖਿਆ ਕਿ ਮੇਰੇ ਜਿਹੜੇ ਪਿੱਛੇ ਵਾਲ ਹੈਗੇ ਉਹ ਵੀ ਕਾਫੀ ਸੜੇ ਹੋਏ ਆ ਪਰ ਫਿਰ ਮੈਕੈਨਿਕ ਕਰਦੇ ਨੇ ਦੱਸਿਆ ਸੀਗਾ ਕਿ ਕਿਵੇਂ ਮੇਰੇ ਜਿਹੜੀ ਧਰਮਰਾਜ ਦੀ ਕਚਹਿਰੀ ਦੇ ਅੰਦਰ ਜਦ ਮੈਨੂੰ ਲੈ ਕੇ ਗਏ ਸੀ ਤੇ ਉਹਨੇ ਦੱਸਿਆ ਸੀਗਾ ਕਿ ਤੈਨੂੰ ਨਹੀਂ ਤੈਨੂੰ ਭੁਲੇਖੇ ਨਾਲ ਲੈ ਆਂਦਾ ਤੇਰੇ ਨਾਂ ਦੀ ਇੱਕ ਜਿਹੜੀ ਹੋਰ ਔਰਤ ਉਹਨੂੰ ਲੈ ਕੇ ਆਉਣਾ ਸੀਗਾ ਬਾਕੀ ਗੱਲ ਕਹਿੰਦੀ ਇਹ ਹੋਈ ਸੀ ਕਿ ਉਹ ਜਿਹੜੀ ਔਰਤ ਸੀਗੀ ਜਿਹੜੀ ਮੇਰੇ ਨਾਂ ਦੀ ਸੀਗੀ ਕਹਿੰਦੀ ਉਹ ਮਰ ਗਈ ਸੀ ਤਾਂ ਮੈਂ ਜਿੰਦੀ ਹੋ ਗਈ ਸੀ ਪਰ ਧਰਮਰਾਜ ਦੇ ਕਹਿੰਦੇ ਕਹੇ ਦੇ ਅਨਸਾਰ ਕਿ ਇਹਦੀ ਉਮਰ ਹਜੇ 14 ਸਾਲ ਬਾਕੀ ਆ ਤੇ ਇਹਦੀਆਂ ਦੋ ਲੜਕੀਆਂ ਦੇ ਹੁੰਦੇ ਹੁੰਦੇ ਜੜੀਆਂ ਮਰ ਜਾਣਗੀਆਂ ਕਹਿੰਦੀ ਇਸ ਤਰ੍ਹਾਂ ਹੋਇਆ ਸੀ ਮੇਰੀਆਂ ਜਿਹੜੀਆਂ ਦੋ ਲੜਕੀਆਂ ਸੀ ਮੇਰੇ ਹੁੰਦੇ ਹੁੰਦੇ ਮਰੀਆਂ ਜਦ ਮੇਰੀ ਉਮਰ ਜਿਹੜੀ 14 ਸਾਲ ਦੀ ਹੋਈ ਉਹ ਫਿਰ ਜਿਹੜੀ ਲੇਡੀ ਮੁਸਲਮਾਨ ਸੀਗੀ 14 ਸਾਲ ਤੋਂ ਬਾਅਦ ਦੁਬਾਰਾ ਫਿਰ ਜਿਹੜੀ ਉਹਦੀ ਮੌਤ ਹੋਈ ਸੀ ਇਸੇ ਤਰ੍ਹਾਂ ਜਿਹੜੀ ਇਹ ਬੀਬੀ ਸੀ ਜਿਸ ਦੇ ਦਰਵਾਜ਼ੇ ਵਿੱਚ ਗਾਨੇ ਸਿੰਘ ਮਾਰਿਆ ਸੀਗਾ ਇਹਦੇ ਜਦ ਇਹ ਕਹਿੰਦੀ ਮੈਨੂੰ ਸੁਰਤ ਹੈ ਸੀ ਮੇਰੇ ਨਾਂ ਦੀ ਇੱਕ ਔਰਤ ਜਿਹੜੀ ਸੀਗੀ ਕਹਿੰਦੀ ਉਹ ਸਾਡੇ ਗਲੀ ਮੁਹੱਲੇ ਤੋਂ ਥੋੜੀ ਦੂਰ ਰਹਿੰਦੀ ਸੀ ਤਾਂ ਕਹਿੰਦੀ ਉਹਦੀ ਮੌਤ ਹੋ ਗਈ ਸੀ ਪਰ ਇਹ ਗੱਲ ਕਹਿੰਦੀ ਸਾਡੇ ਮੁਹੱਲੇ ਦੀ ਜਿਹੜੀ ਮੇਰੀ ਸਹੇਲੀ ਸੀ ਉਹਦੀ ਇੱਕ ਲੜਕੀ ਕ੍ਰਿਸ਼ਨਾ ਸੀ ਨੇ ਉਹਨੇ ਮੈਨੂੰ ਆਕੇ ਦੱਸਿਆ ਸੀਗਾ ਕਿ ਉਹ ਜਿਹੜੀ ਬੀਬੀ ਹੈਗੀ ਉਹ ਨਾਲ ਦੀ ਗਲੀ ਵਾਲੀ ਉਹ ਮਰ ਗਈ ਆ ਉਹਦਾ ਨਾਮ ਤੇ ਮੇਰਾ ਨਾਮ ਬਿਲਕੁਲ ਸੇਮ ਸੀਗਾ ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਵੇਂ ਗੁਰਬਾਣੀ ਦਾ ਫਰਮਾਨ ਆ ਕਿ ਭੁੱਲਣ ਦੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਕਿ ਵਾਹਿਗੁਰੂ ਇੱਕ ਆਕਾਰ ਸ਼ਕਤੀ ਐਸੀ ਜਿਹੜੀ ਭੁੱਲਦੀ ਨਹੀਂ ਬਾਕੀ ਸੰਸਾਰ ਸਾਰਾ ਹੀ ਭੁੱਲਦਾ ਹੈਗਾ ਪਰ ਇਸ ਭੁੱਲ ਦੇ ਵਿੱਚ ਕਈ ਵਾਰ ਜਿਹੜੀ ਜਿਆਦਾ ਅਸਤ ਹੈਗੀ ਉਹ ਵਾਹਿਗੁਰੂ ਜਿਹੜਾ ਹੈਗਾ ਉਸ ਇਨਸਾਨ ਨੂੰ ਜਿਹੜਾ ਧਰਮਰਥ ਦੀ ਚਿਹਰੀ ਤੇ ਜਾਂਦਾ ਉਹ ਜਿਹੜੀ ਯਾਦ ਹੈਗੀ ਆ ਉਹ ਯਾਦ ਉਹਦੇ ਦਿਲੋਂ ਦਿਮਾਗ ਦੇ ਵਿੱਚ ਜਿਹੜੀ ਹੈ ਸਦਾ ਤਾਜ਼ੀ ਬਣਾ ਕੇ ਰੱਖਦਾ ਹੈਗਾ ਸੋ ਸਾਨੂੰ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਇਸ ਵੱਲ ਇਸ਼ਾਰਾ ਕਰਦੀਆਂ ਕਿ ਭਾਈ ਬੰਦਾ ਜਦ ਸੰਸਾਰ 'ਚ ਆਉਂਦਾ ਹੈਗਾ ਸੰਸਾਰ ਦੇ ਵਿੱਚ ਆ ਕੇ ਜਿਉ ਇਸ ਕਰਕੇ ਇਹ ਮਨੁੱਖਾ ਦੇਹੀ ਮਿਲੀ ਆ ਇਸ ਮਨੁੱਖਾ ਦੇਹੀ ਦਾ ਲਾਭ ਜਿਹੜਾ ਹੈ ਨਾਮ ਜਪ ਕੇ ਆਪਣੇ ਜੀਵਨ ਨੂੰ ਸੁਧਾਰ ਕੇ ਜਿਹੜਾ ਹੈਗਾ ਨਿਰਮਲ ਹੋ ਕੇ ਇਸ ਸੰਸਾਰ ਤੋਂ ਆਪਣਾ ਉਜਲਾ ਮੁਖ ਲੈ ਕੇ ਫਿਰ ਧਰਮ ਰਤ ਦੀ ਕਚਹਿਰੀ ਜਿਹੜਾ ਹੈਗਾ ਉਹ ਜਦ ਇਨਸਾਨ ਜਾਣਦਾ ਹੈਗਾ ਫਿਰ ਉਹਨੂੰ ਸਜਾਵਾਂ ਨੇ ਉਸ ਦਰਗਾਹ ਦੇ ਵਿੱਚ ਉਸ ਵਿਅਕਤੀ ਨੂੰ ਜਿਹੜਾ ਨਾਮ ਜਪ-ਜਪ ਕੇ ਪਰਮੇਸ਼ਰ ਦੇ ਨਾਲ ਜਿਹੜਾ ਹੈਗਾ ਇਕਮਿਕ ਹੋਇਆ ਹੁੰਦਾ ਉਹਦੀ ਜੈਜਕਾਰ ਹੁੰਦੀ ਆ ਸੋ 10 ਇਨੇ ਹੀ ਵਚਨ ਕਰਦਾ ਹੋਇਆ ਖੇਮਾ ਦਾ ਜਾਚਕ ਹੈ ਜੀ ਹੋਇਆ ਬਿਆੰਤ ਭੁੱਲਾ ਚੁੱਕਾਂ ਦੀ ਖੇਮਾ ਬਖਸ਼ਣੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ